ਅਸਲਾਮ ਵਾਲੇਕੁਮ ਜੀ, ਵੈਲਕਮ ਟੂ ਨਿਊ ਵਲੌਗ। ਹੁਣ ਮੈਂ ਜਾ ਰਿਹਾ ਜੀ ਫੈਸਲਾਬਾਦ ਖਬਰ ਹਾਟ ਦੇ ਵਿੱਚੋਂ ਛੁੱਟੀ ਕਰਕੇ। ਚਲਤੇ ਸ਼ੋਅ ਕੋ ਛੋੜ ਕੇ ਰਾਸ਼ਿਦ ਕਮਾਲ ਸਾਹਿਬ ਇੱਕ ਵਾਰ ਫਿਰ ਜਾ ਰਹੇ ਹੈ ਪਾਕਿਸਤਾਨ ਮੇਂ ਈਦ ਕਰਨੇ। ਸਭ ਸੇ ਪਹਿਲੇ ਤੋ ਜਬ ਤੱਕ ਮੇਰਾ ਖਿਆਲ ਹੈ ਵਲੌਗ ਲਗੇਗਾ, ਆਧੀ ਦੁਨੀਆ ਮੇਂ ਈਦ ਹੋ ਚੁੱਕੀ ਹੋਗੀ, ਪਾਕਿਸਤਾਨ ਕਾ ਪਤਾ ਨਹੀਂ। ਤੋ ਰਾਸ਼ਿਦ ਕਮਾਲ ਸਾਹਿਬ, ਆਪਕੋ ਔਰ ਆਪਕੇ ਤਮਾਮ ਦੇਖਨੇ ਵਾਲੋਂ ਕੋ ਬਹੁਤ ਬਹੁਤ ਈਦ ਮੁਬਾਰਕ, ਔਰ ਖੈਰ ਸੇ ਜਾਏ ਔਰ ਅੱਛਾ ਅੱਛਾ ਸ਼ੋਅਜ਼ ਕਰੇ, ਔਰ ਉਸਕੇ ਬਾਅਦ ਜਲਦੀ ਜਲਦੀ ਵਾਪਸ ਆਏ, ਨਹੀਂ ਤੋ ਆਪਕੋ ਪਤਾ ਹਮਨੇ ਆਪਕਾ ਇਲਾਜ ਤੋ ਢੂੰਢ ਲੀਏ। ਨਹੀਂ, ਇਨਸ਼ਾਅੱਲਾ ਮੈਂ ਆਪਣੀ ਛੁੱਟੀਆਂ ਗੁਜ਼ਾਰ ਕੇ ਵਾਪਸ ਆਊਂਗਾ ਇਨਸ਼ਾਅੱਲਾ। ਤੇ ਇਹ ਵੀ ਦੋ ਈਦਾਂ ਮੈਂ ਵੇਖ ਰਿਹਾ, ਇੱਕ ਮੈਂ ਈਦ ਇੱਥੇ ਅੱਜ ਵੇਖ ਰਿਹਾ ਤੇ ਇੱਕ ਮੈਂ ਜਾ ਕੇ ਪਾਕਿਸਤਾਨ ਦੇਖਾਂਗਾ, ਹੈ ਨਾ। ਔਰ ਜਾਂਦਿਆਂ ਮੈਂ ਵਲੌਗ ਬਣਾਉਂਦਾ ਜਾਵਾਂਗਾ ਤੇ ਲੋਕਾਂ ਨੂੰ ਦਿਖਾਉਂਦਾ ਜਾਵਾਂਗਾ ਕਿ ਇੱਥੇ ਦੀ ਈਦ ਦਾ ਤੇ ਸਾਡੀ ਈਦ ਦਾ ਕੀ ਫਰਕ ਹੈ। ਕੀ ਫਰਕ ਨਹੀਂ, ਇੱਥੇ ਦੀ ਈਦ ਪਤਾ ਹੀ ਨਹੀਂ ਲੱਗਦੀ ਕਿਉਂਕਿ ਨਾ ਜਾਨਵਰ ਨਜ਼ਰ ਆਉਂਦੇ ਨੇ ਉਸ ਤਰ੍ਹਾਂ ਬਾਹਰ ਸੜਕਾਂ ਤੇ, ਨਾ ਕੁਛ ਹੁੰਦਾ, ਲੇਕਿਨ ਇੱਕ ਵਜੋਂ ਇੱਕ ਈਦ ਕੀ ਫੀਲਿੰਗ ਹੋਤੀ ਹੈ ਨਾ, ਉਹ ਬੜੀ ਮਜ਼ੇ ਕੀ ਹੋਤੀ ਹੈ। ਚਲਨ ਜੀ, ਸ਼ੁਕਰੀਆ, ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਦਾ ਹੈ ਕਿ ਸਾਥ ਕੰਮ ਕਰਕੇ ਸਾਥ ਸਾਥ ਹਮਾਰਾ ਚਾਚਾ ਡਿਵੈਲਪ ਹੋਤਾ ਚਲਾ ਜਾ ਰਿਹਾ ਹੈ। ਸੋ ਚਾਚੇ ਕੋ ਕਿਸੇ ਨੇ ਪੀਛੇ ਨਹੀਂ ਰੱਖਦਾ, ਜਲਦੀ ਜਲਦੀ ਹਮਾਰੇ ਪਾਸ ਵਾਪਸ ਭੇਜੇ ਇਨਸ਼ਾਅੱਲਾ। ਸ਼ੁਕਰੀਆ ਜੀ, ਥੈਂਕ ਯੂ। ਲਓ ਜੀ, ਚਲੀਏ ਜੀ ਹੁਣ ਅਸੀਂ ਪਾਕਿਸਤਾਨ। ਲਓ ਜੀ, ਅੱਜ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਆਪਣੇ ਪਾਕਿਸਤਾਨ, ਤੇ ਸਟੂਡੀਓ 'ਚ ਮੈਂ ਬਾਹਰ ਨਿਕਲਿਆ ਹੁਣ, ਅੱਗੇ ਅੱਗੇ ਵੀਡੀਓ ਜਿੱਦਾਂ ਦੀ ਮੈਂ ਬਣਾਈ ਜਾਵਾਂਗਾ ਤੁਹਾਡੇ ਤੱਕ ਪਹੁੰਚਾਈ ਜਾਵਾਂਗਾ। ਚਾਚੇ ਨੇ ਦਬਾਤਾ ਜੇ ਬਟਨ, ਲਿਫਟ ਖੁੱਲ ਗਏ, ਲਿਫਟ ਖੁੱਲੀ। ਹਾਂ, ਮੈਂ ਚੱਲਾਂ ਸਟੂਡੀਓ ਤੋਂ ਬਾਹਰ, ਹੁਣ ਮੈਂ ਇੱਥੇ ਬੈਠਾਂਗਾ ਗੱਡੀ 'ਚ, ਇੱਥੋਂ ਜਾਵਾਂਗਾ ਸਿੱਧਾ ਏਅਰਪੋਰਟ। ਮੈਨੂੰ ਚਾਹ ਚੜੇ ਪਏ ਨੇ, ਮੈਨੂੰ ਖੁਸ਼ੀਆਂ ਚੜੀਆਂ ਪਈਆਂ ਤੇ ਆਓ ਮੇਰੇ ਨਾਲ। ਲੋ ਜੀ, ਨਾਲ ਨਾਲ ਮੈਂ ਤੁਹਾਨੂੰ ਦੱਸੀ ਜਾਣਾ ਕਿ ਲਿਫਟ ਜਿਹੜੀ ਆ ਉਹ ਹੁਣ ਸਾਡੀ ਆ ਗਈ ਵਾਪਸ, ਹੈਂ। ਲਓ ਜੀ, ਨਿਕਲ ਰਿਹਾ ਸਟੂਡੀਓ ਦੇ ਵਿੱਚੋਂ ਬਾਹਰ ਮੈਂ, ਅਤੇ ਬਾਹਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਕਿ ਅੱਜ ਇੱਥੇ ਯਕੀਨ ਕਰੋ ਚਾਂਦ ਰਾਤ ਆ, ਸੁਬਹਾ ਦੇ 5 ਵੱਜ ਗਏ ਨੇ, ਅਤੇ ਇਹ ਮੈਂ ਤੁਹਾਨੂੰ ਬਾਜ਼ਾਰ ਦਿਖਾ ਰਿਹਾ, ਅਤੇ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਲੋਕ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਨੇ, ਅਤੇ ਇੱਥੇ ਸਵੇਰੇ ਈਦ ਆ, ਅਤੇ ਸਾਡੇ ਪਾਕਿਸਤਾਨ 'ਚ ਈਦ ਤੋਂ ਪਹਿਲੇ ਇਸ ਵਕਤ ਹਲਾ ਪਈ ਹੁੰਦੀ ਹੈ, ਰੌਲੇ ਰੱਪੇ, ਜਾਨਵਰ ਗਲੀਆਂ ਮੁਹੱਲੇ, ਅਤੇ ਰੋਡਾਂ 'ਤੇ ਇੰਨਾ ਰਸ਼, ਅਤੇ ਇਹ ਤੁਸੀਂ ਦੇਖ ਲਓ ਕਿ ਰੋਡ ਬਿਲਕੁਲ ਸਨਾਟੇ ਨੇ, ਅਤੇ ਚਾਂਦ ਰਾਤ ਆ, ਸੁਬਹਾ ਨੂੰ ਈਦ ਆ, ਅਤੇ ਮੇਰੇ ਖਿਆਲ ਦੇ ਨਾਲ ਕੱਲ੍ਹ ਨੂੰ ਇੱਥੇ ਛੁੱਟੀ ਹੈ। ਉਹ 15 ਦਿਨ ਦਾ ਕੰਮ ਜਿਹੜਾ ਮੈਂ ਐਕਸਟਰਾ ਆਪਣਾ ਕਰਕੇ ਜਾ ਰਿਹਾ, ਅਤੇ ਆਫਤਾਬ ਇਕਬਾਲ ਸਾਹਿਬ ਵੀ ਜਾ ਰਹੇ ਨੇ ਮੁਲਕੋਂ ਬਾਹਰ, ਅਤੇ ਉਹਨਾਂ ਨੇ ਵੀ 10-15 ਦਿਨ, ਉਹਨਾਂ ਦੇ ਜਾਣ ਦੀ ਵਜ੍ਹਾ ਨਾਲ ਫਿਰ ਸਾਨੂੰ ਵੀ ਛੁੱਟੀਆਂ ਹੋ ਗਈਆਂ। ਮੈਂ ਸੋਚਿਆ ਕਿ ਯਾਰ ਪਾਕਿਸਤਾਨ ਚੱਲਦੇ ਹਾਂ, ਪਾਕਿਸਤਾਨ ਜਾ ਕੇ ਅਤੇ ਆਪਣਾ ਜਿਹੜਾ ਵਾ ਨਾਲੇ ਡਰਾਮਾ ਕਰਦੇ ਹਾਂ ਮਨਰਵਾ ਥੀਏਟਰ ਦੇ ਵਿੱਚ, ਅਤੇ ਨਾਲੇ ਬੱਚਿਆਂ ਨੂੰ ਮਿਲਾਂਗੇ, ਨਾਲੇ ਆਪਣੇ ਦੋਸਤਾਂ ਨੂੰ, ਅਤੇ ਨਾਲੇ ਆਪਣੇ ਮੁਲਕ ਨੂੰ, ਆਪਣੇ ਵਤਨ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਚੌਂਕ ਨੂੰ ਵੇਖ ਲਵਾਂਗੇ ਜਾ ਕੇ। ਠੀਕ ਹੈ ਜੀ, ਕਿੱਥੇ ਕਿੱਥੇ ਖਲੋਤੀ ਗੱਡੀ? ਗੱਡੀ ਉਹ ਖਲੋਤੀ ਤੁਹਾਡੀ ਜਿਹੜੀ ਪਾਰਕਿੰਗ ਸੀ ਨਾ, ਉਸ ਪਾਰਕਿੰਗ ਦੀ ਉਹਨਾਂ ਨੇ ਸਾਈਕਲ ਵਾਲੇ ਨੂੰ ਪਾਰਕਿੰਗ ਦੇ ਦਿੱਤੀ। ਉਹਨਾਂ ਕਹਿੰਦੇ ਇੱਥੇ ਮਾਮਾ ਸਾਈਕਲ ਪਾਰਕਿੰਗ 'ਚ ਨਹੀਂ ਲੱਗਦਾ, ਇੱਥੇ ਇਹ ਗੱਡੀ ਖਲੋਤੀ। ਕਿੰਨੀ ਦੂਰ ਲਿਆ ਕੇ ਤੂੰ ਗੱਡੀ ਖੜੀ ਕੀਤੀ ਆ, ਅਮਰ ਮਰਜ਼ੀ ਆ ਤੇਰੀ ਆ। ਮੈਂ ਕਿਹਾ ਵਾਕ ਹੋ ਜੇ ਤੁਹਾਡੀ, ਵਾਕ ਹੋ ਜੇ, ਜਲਦੀ ਕਰ, ਤੈਨੂੰ ਪਤਾ ਕਿ ਮੈਂ ਜਲਦੀ ਕਰ, ਮੈਨੂੰ ਬੜੀ ਕਾਹਲੀ ਪਈ ਆ, ਮੈਂ ਕਹਿੰਦਾ ਭੱਜ ਕੇ ਉੱਡ ਕੇ ਚਲੇ ਜਾਵਾਂ ਕਿਸੇ ਤਰੀਕੇ ਸੇ। ਚੱਲ ਅਮਰ, ਬਹਿ ਜਾ ਗੱਡੀ 'ਚ, ਬਹਿ ਜਾ, ਇਹ ਜਾਣ ਬੁੱਝ ਕੇ ਨਾ ਉਹਨਾਂ ਮੈਨੂੰ ਲੇਟ ਕਰਨ ਡਿਆ, ਜਾਣ ਬੁੱਝ ਕੇ ਲੇਟ ਕਰ ਰਿਹਾ ਤੂੰ, ਜਾਣ ਬੁੱਝ ਕੇ। ਅਮਰ ਜਲਦੀ ਕਰ। ਲਓ ਜੀ, ਆਹ ਮੈਂ ਬੈਠਾ ਗੱਡੀ ਦੇ ਵਿੱਚ, ਆਹ ਮੈਂ ਕੀਤਾ ਦਰਵਾਜ਼ਾ ਬੰਦ, ਤੇ ਚੱਲ ਅਮਰ ਜਲਦੀ ਚਲਾ ਗੱਡੀ ਓਏ। ਲਓ ਜੀ, ਇਹ ਜਿੱਥੇ ਅਸੀਂ ਰਿਕਾਰਡਿੰਗ ਕਰੀ ਤੀ ਉਹਦੇ ਸਾਹਮਣੇ ਮਸਜਿਦ, ਗੱਡੀ ਮਾਰ ਜਾਂਦੀ ਛਲਾਂਗਾ ਮਾਰ ਆ ਰਿਹਾ ਮੈਂ ਵੱਡੀ ਈਦ ਦੀ। ਲਓ ਜੀ, ਆ ਗਿਆ ਦੇਰੇ ਦਾ ਕਲਾਕ ਟਾਵਰ ਚੌਂਕ। ਇਹ ਚੌਂਕ ਜਿਹੜਾ ਵਾ ਇਸੇ ਤਰ੍ਹਾਂ ਹੀ ਹੈ ਜਿਵੇਂ ਸਾਡੇ ਫੈਸਲਾਬਾਦ ਦਾ ਘੰਟਾ ਘਰ ਆ, ਅਤੇ ਇਹ ਵੇਖ ਲਓ ਇੱਥੇ ਸਨਾਟੇ ਪਏ ਪਏ ਨੇ, ਚਾਂਦ ਰਾਤ ਆ ਸਨਾਟੇ ਨੇ ਇੱਥੇ। ਚਾਚਾ ਉੱਥੇ ਨਾ ਚੱਲੀਏ,
ਹੈ ਕਿੱਥੇ ਉਹ ਜਿੱਥੇ ਉੱਚੀ 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 ਢੋਲ ਵੱਜਦੇ ਚੱਲ ਇਸ਼ਾਰਾ ਖੁੱਲ ਗਿਆ ਤੋਰ ਲਾ ਗੱਡੀ ਜਾਣਾ ਫਿਰ ਉੱਥੇ ਦੁਬਈ ਦੇ ਨਾਲ ਅਸੀਂ ਉੱਥੇ ਆਪਣਾ ਦੇਖਾਂਗੇ ਠੀਕ ਹੈ ਨਾਲੇ ਡਰਾਮਾ ਕਰਾਂਗੇ ਨਾਲੇ ਡਾਂਸ ਦੇਖਾਂਗੇ ਏਅਰਪੋਰਟ ਰੋਡ ਬੜਾ ਗੁੱਡ ਲੁੱਕ ਬਣਾਇਆ ਇਹਨਾਂ ਨੇ ਲੋ ਜੀ ਆ ਗਏ ਅਸੀਂ ਏਅਰਪੋਰਟ ਦੇ ਅੰਦਰ ਦਾਖਲ ਹੋਣ ਲੱਗੇ ਚਾਚਾ ਜੀ ਤੁਹਾਡਾ ਬੱਸ ਸਟਾਪ ਆ ਗਿਆ ਓਹ ਸੋਰੀ ਬੱਸ ਸਟਾਪ ਕਿਉਂ ਮਾਮਾ ਮੈਂ ਜਹਾਜ਼ 'ਚ ਜਾਣਾ ਬੱਸ ਸਟਾਪ ਕਿਤੇ ਕੀ ਆਂਦੇ ਨੇ ਏਅਰਪੋਰਟ ਆ ਗਿਆ ਜਹਾਜ਼ਾਂ ਦਾ ਅੱਡਾ ਤਾਂ ਦੁਬਈ ਦਾ ਏਅਰਪੋਰਟ ਆ ਤੇ ਉਹ ਰਸ਼ ਅਮਰ ਇੱਥੇ ਲਾਉਣਾ ਵਾ ਉੱਥੇ ਗੱਡੀ ਏਅਰਪੋਰਟ ਦੇ ਅੰਦਰ ਅਸੀਂ ਦਾਖਲ ਹੋ ਗਏ ਗੱਡੀ ਅਸੀਂ ਲਾ ਦਿੱਤੀ ਆਪਣੇ ਤੇ ਹੁਣ ਕੱਢਾਂਗੇ ਸਮਾਨ ਸਮਾਨ ਜ਼ਾਮਰ ਨਿਕਾਲ ਦਿਓ ਸਾਰਾ ਸਮਾਨ ਨਿਕਾਲ ਦਿਓ ਗਾੜੀ ਵਿੱਚ ਆਹ ਲਾਈਟ ਜਿਹੜੀ ਆ ਮੈਂ ਲੈ ਜਾਵਾਂਗਾ ਆਹ ਲਾਈਟ ਹੱਥ 'ਚ ਫੜ ਗਈ ਇੱਧਰ ਰਾਈਟ ਸਾਈਡ 'ਤੇ ਰਾਈਟ ਕਿੱਧਰ ਆ ਚਾਚਾ ਆਹ ਇੱਧਰ ਹੀ ਆ ਚਾਚਾ ਭੱਜੀ ਜਾ ਰਿਹਾ ਚਾਚਾ ਆ ਗਿਆ ਅਸਲਾਮ ਵਾਲੇਕੁਮ ਜੀ ਗੱਲ ਇਹ ਆ ਕਿ ਮੈਂ ਏਅਰਪੋਰਟ ਪਹੁੰਚੇ ਹਾਂ ਪਹੁੰਚ ਕੇ ਜਾ ਕੇ ਚਾਚਾ ਹੁਣ ਤੂੰ ਪਹੁੰਚਿਆ ਏਅਰਪੋਰਟ ਤੇ ਜਾ ਕੇ ਵਾਪਸ ਆ ਗਿਆ ਏਅਰਪੋਰਟ ਤੇ ਮੈਂ ਚਲਾ ਗਿਆ ਜਾ ਕੇ ਮੈਂ ਭਾਈਆਂ ਨੇ ਉੱਥੇ ਜਾ ਕੇ ਬੜਾ ਸੋਹਣਾ ਲਾਈਨ 'ਚ ਵੀ ਲੱਗ ਗਿਆ ਲਾਈਨ 'ਚ ਲੱਗ ਕੇ ਲਾਈਨ ਲੱਗਣ ਦੇ ਬਾਅਦ ਚਾਚਾ ਦੌਰਾ ਇੰਜ ਲਾਈਆਂ ਨੇ ਜਿਵੇਂ ਪਤਾ ਨਹੀਂ ਕੀ ਹੋ ਗਿਆ ਮੈਂ ਕਿਹਾ ਚਾਚਾ ਤੁਸੀਂ ਪਹਿਲਾਂ ਵੀਡੀਓ ਸਟਾਰਟ 'ਚ ਵੇਖੀ ਮੈਂ ਕਿੱਦਾਂ ਭਜਿਆ ਮੈਂ ਕਿਹਾ ਯਾਰ ਪਹੁੰਚੀਏ ਫਟਾਫਟ ਲੇਟ ਹੋ ਗਏ ਹਾਂ ਤੇ 2 ਵਜੇ ਦਾ ਟਾਈਮ 5 ਵਜੇ ਦਾ ਟਾਈਮ ਆ ਤੇ ਉੱਥੇ ਮੈਂ ਜਦੋਂ ਜਾ ਕੇ ਨਾ ਆਪਣੀ ਜਿਹੜੀ ਆ ਉਹ ਟਿਕਟ ਮੋਬਾਈਲ ਦੇ ਵਿੱਚੋਂ ਚੈੱਕ ਕਰਵਾਈ ਜਾ ਕੇ ਉਹ ਜਿਹੜੇ ਮੈਂ ਇੱਕ ਦੋ ਬੰਦਿਆਂ ਨੂੰ ਚੈੱਕ ਕਰਾ ਉਹਨੇ ਕਿਹਾ ਜੀ ਉਹ 4 ਨੰਬਰ ਪਲੇਟਫਾਰਮ 'ਤੇ ਚਲੇ ਜਾਇਆ ਮੈਂ 4 ਨੰਬਰ 'ਤੇ ਗਿਆ 4 ਨੰਬਰ 'ਤੇ ਜਾ ਕੇ ਉਹਨੇ ਕਿਹਾ ਜੀ ਆਪ 2 ਨੰਬਰ 'ਤੇ ਕਹਿੰਦਾ ਜੀ ਆਪਣੇ ਪਾਕਿਸਤਾਨ ਤੋਂ ਏਅਰਪੋਰਟ ਮੈਂ ਕਿਹਾ ਏਅਰਪੋਰਟ ਜੀ ਉਹ ਕਹਿੰਦਾ ਵਾ ਆਪੇ ਚਲੇ ਜਾਇਆ ਮੈਂ ਬੜਾ ਸੋਹਣਾ ਲਾਈਨ 'ਚ ਲੱਗ ਗਿਆ ਲਾਈਨ 'ਚ ਲੱਗੇ ਨੇ ਮੈਂ ਉਹ ਸੀਟ ਦਿਖਾਈ ਆਪਣੇ ਨਾ ਕੋਈ ਪਾਕਿਸਤਾਨ ਦਾ ਬੰਦੇ ਮਿਲ ਗਏ ਆਪਾਂ ਨੂੰ ਉਹਨਾਂ ਨੂੰ ਨਾ ਮੈਂ ਦਿਖਾਈ ਮੈਂ ਕਿਹਾ ਯਾਰ ਵੇਖੀ ਯਾਰ ਮੇਰੀ ਸੀਟ ਦਾ ਨੰਬਰ ਕੀ ਤੇ ਜੇ ਉਹ ਦੇਖ ਕੇ ਕਹਿੰਦਾ ਭਾਈ ਤੁਹਾਡੀ ਤਾਂ ਸੀਟ ਹੋਈ ਨਹੀਂ ਮੈਂ ਉਹ ਤੁਹਾਡਾ ਭਲਾ ਭਾਈ ਇਹ ਕੀ ਹੋ ਗਿਆ ਅੱਛਾ ਮੈਂ ਉਹ ਜਾ ਕੇ ਮਾੜੀ ਮੋਟੀ ਰਿਸਰਚ ਕੀਤੀ ਹੈ ਉੱਥੇ ਜਿਹੜਾ ਅਮਲਾ ਹੁੰਦਾ ਉਹਦੇ ਕੋਲ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਯਾਰ ਆਹ ਮਸਲਾ ਦੇਖੋ ਭਾਈ ਨੇ ਮੇਰੀ ਸੀਟ ਹੋਈ ਆ ਉਹ ਕਹਿੰਦਾ ਜੀ ਏਜੰਟ ਨੇ ਤੁਹਾਡੀ ਸੀਟ ਜਿਹੜੀ ਆ ਕੀਤੀ ਹੋਈ ਨਹੀਂ ਤੇ ਤੁਹਾਨੂੰ ਇਹ ਕਿਸੇ ਹੋਰ ਬੰਦੇ ਦੀ ਟਿਕਟ ਵਾ ਉਹ ਟਿਕਟ ਉਹਨੇ ਐਡਿਟ ਕਰਕੇ ਨਾ ਉੱਥੇ ਡੇਟਾਂ ਐਡਿਟ ਕਰਕੇ ਉਹ ਪਾ ਕੇ ਤੁਹਾਨੂੰ ਜਿਹੜੀ ਆ ਉਹ ਕਰਤੇ ਤੇ ਤੁਹਾਨੂੰ ਦੇ ਦਿੱਤੀ ਆ ਚਾਚੇ ਨੂੰ ਮਾਮੂ ਬਣਾਤਾ ਉਹ ਟਿਕਟ ਮੇਰੇ ਕੋਲ ਆ ਮੈਂ ਤੁਹਾਨੂੰ ਟਿਕਟ ਵੀ ਆਪਣੇ ਵੀਡੀਓ ਤੇ ਲਾਉਣ ਦੀ ਕੋਸ਼ਿਸ਼ ਕਰੂੰਗਾ ਕਿ ਉਹ ਤੁਸੀਂ ਇਹ ਵੇਖੋ ਕਿ ਉਹ ਬਸ ਮੈਂ ਜਿਹੜਾ ਵਾ ਕੋਈ ਮੇਰੇ ਜਿਹੜੇ ਪਾਕਿਸਤਾਨ ਦੇ ਕੋਈ ਦੋਸਤ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਮੈਂ ਦਰਅਸਲ ਗੱਲ ਕੀਤੀ ਕਿ ਮੈਂ ਕਿਹਾ ਯਾਰ ਮੈਂ ਟਿਕਟ ਕਰਾਉਣੀ ਪਾਕਿਸਤਾਨ ਦੀ ਅਤੇ ਆਖਰੀ ਦਿਨਾਂ 'ਚ ਯਾਰ ਕੋਈ ਨਾਰਮਲ ਬਜਟ ਦੀ ਹੋ ਜਾਵੇ ਉਹਨਾਂ ਨੇ ਕਿਹਾ ਯਾਰ ਨਾਰਮਲ ਬਜਟ ਪਹਿਲੇ ਮੈਨੂੰ ਉਹਨਾਂ ਨੇ ਕੋਈ ਰੇਟ ਦੱਸਿਆ ਫਿਰ ਦੂਜਾ ਦੱਸਿਆ
ਫਿਰ ਤੀਸਰੇ ਰੇਟ ਤੇ ਮੈਂ ਕਿਹਾ ਚਲੋ ਯਾਰ ਇਹ ਕਰਵਾ ਦਿਓ, 1 ਲੱਖ ਤੇ ਬਣੀ ਮੇਰੇ ਖਿਆਲ ਦੇ ਵਿੱਚ ਕੋਈ 20,000 ਦੀ। ਮੈਂ ਕਿਹਾ ਚਲੋ ਇਹ ਵਾਰੇ ਦੀ ਆ, ਕਿਉਂਕਿ 1200 ਦਿਰਮ ਤੋਂ ਉਹ ਬਣ ਰਹੇ ਸੀ, ਵੀ 2100 ਦਿਰਮ ਦੀਆਂ ਸਾਰੀਆਂ ਜਿਹੜੀਆਂ ਦੂਜੀਆਂ ਸੀ। ਮੈਂ ਕਿਹਾ 1200 ਵਾਲੀ ਜਿਹੜੀ ਆ ਸਹੀ ਆ, ਇਹ ਕਰਵਾ ਦਿਓ ਯਾਰ। ਕਰਵਾ ਕੇ ਉਹਨਾਂ ਨੂੰ ਪੈਸੇ ਪੂਸੇ ਸੈਂਡ ਕਰ ਦਿੱਤੇ ਅਕਾਊਂਟ ਦੇ ਵਿੱਚ, ਉਹਨਾਂ ਦੇ ਪੈਸੇ ਲਵਾ ਕੇ ਮੈਂ ਬੇਫਿਕਰ ਹੋ ਗਿਆ। ਟਿਕਟ ਉਹਨਾਂ ਨੇ, ਮੈਂ ਇੱਕ ਦੋ ਦਿਨ ਬਾਅਦ ਮੈਂ ਕਿਹਾ ਯਾਰ ਉਹਨਾਂ ਨੇ ਮੈਨੂੰ ਟਿਕਟ ਨਹੀਂ ਭੇਜੀ, ਟਿਕਟ ਭੇਜੀ ਨਹੀਂ ਮੈਨੂੰ। ਮੈਂ ਨਾ ਥੋੜ੍ਹਾ ਜਿਹਾ ਹੈਰਾਨ ਹਾਂ। ਮੈਂ ਕਿਹਾ ਯਾਰ ਟਿਕਟ ਤਾਂ ਜਦੋਂ ਹੋ ਜਾਂਦੀ ਹੈ ਤਾਂ ਬੰਦਾ ਫੌਰੀ ਪਹੁੰਚ ਜਾਂਦਾ। ਮੈਂ ਉਹਨਾਂ ਨੂੰ ਇਸਰਾਰ ਕੀਤਾ, ਮੈਂ ਕਿਹਾ ਯਾਰ ਤੁਸੀਂ ਟਿਕਟ ਤਾਂ ਦਿਓ, ਟਿਕਟ ਤਾਂ ਦਿਓ। ਮੈਂ ਜ਼ੋਰ ਪਾਇਆ ਉਹਨਾਂ ਨੂੰ ਟਿਕਟ ਦਾ ਤੇ ਉਹਨਾਂ ਨੇ ਟਿਕਟ ਕਿਸੇ ਹੋਰ ਦੀ ਮੈਨੂੰ ਦੇ ਦਿੱਤੀ। ਉਹਨੇ ਕਿਹਾ ਲਓ ਜੀ ਤੈਨੂੰ ਤੇ ਸਕੂਨ ਹੋਵੇ। ਆਖਰੀ ਜਿਹੜਾ ਵਾ ਚਲੋ ਅਮਰ ਤੈਨੂੰ ਵੀ ਹੁਣ ਪੈਣਾ ਚਾਹੀਦਾ ਫੈਨ ਮਾਮਾ। ਚਾਚਾ ਫੈਨ ਤੇ ਚਾਚਾ ਇੱਥੇ ਦੁਬਈ ਦੇ ਵਿੱਚ ਈਦ ਆ, ਤੇ ਜਿਹਦੇ ਵਿੱਚ ਕੱਲ ਨੂੰ ਹੈਗੀ ਸਾਡੇ ਪਾਕਿਸਤਾਨ 'ਚ ਈਦ, ਤੇ ਪਾਕਿਸਤਾਨ 'ਚ ਈਦ ਆ ਸ਼ਾਮ ਨੂੰ ਮੈਂ ਕਰਨਾ ਵਾਂ ਸ਼ੋਅ, ਤੇ ਇਸ ਕਰਕੇ ਸ਼ੋਅ ਤੋਂ ਪਹਿਲੇ ਮੇਰੀ ਕੋਸ਼ਿਸ਼ ਸੀ ਕਿ ਚਲ ਜਾਵਾਂ। ਹੁਣ ਜੋ ਅੱਲਾ ਨੂੰ ਮਨਜ਼ੂਰ, ਉਹ ਬੰਦਾ ਜਿਹੜਾ ਸੀ ਉਹਦੇ ਕੋਲ ਮੈਂ ਜਾ ਰਿਹਾ ਵਾਂ, ਉਹਨੇ ਕਿਹਾ ਜੀ ਮੈਂ ਆਪਣੇ ਫਲਾਈਟ ਦੇ ਵਿੱਚ ਹੀ ਹਾਂ। ਮੈਂ ਉਹਦੇ ਕੋਲ ਜਾ ਰਿਹਾ, ਉਹਨੂੰ ਜਾ ਕੇ ਕਿਹਾ ਮੈਂ ਕਿਹਾ ਯਾਰ ਮੈਨੂੰ ਨਹੀਂ ਪਤਾ ਮੇਰੀ ਸੀਟ ਕਰਵਾ। ਉਹ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਕਰੋ ਮੇਰੇ ਫਲਾਈਟ 'ਚ ਆ ਜਾਓ, ਮੈਂ ਇਨਸ਼ਾਅੱਲਾ ਤਾਲਾ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਸੀਟ ਜਿਹੜੀ ਹੈ ਨਾ ਉਹ ਛੋਟੀ ਐਡੀ ਛੋਟੀ ਦੀ ਵੀ ਨਹੀਂ ਕਰਵਾਉਣੀ। ਤੇ ਉਹ ਜਿਹੜੀ ਸੀ 1.5 ਲੱਖ ਰੁਪਈਏ ਦੀ, ਮੈਂ ਕਿਹਾ ਯਾਰ ਹੁਣ ਆਹ 1.25 ਲੱਖ ਰੁਪਈਆ ਨਾ ਜਿਹੜਾ 1,20,000 ਰੁਪਏ, ਉਹ ਮੇਰੇ ਵਾਸਤੇ ਪਰੇਸ਼ਾਨੀ ਹੋਣੀ ਸੀ, ਲਿਹਾਜ਼ਾ ਮੈਂ ਉਹਦੇ ਕੋਲ ਜਾ ਰਿਹਾ ਵਾਪਸ। ਜੇ ਨਾ ਹੋਈ ਤੇ ਕੱਲ ਨੂੰ ਇਨਸ਼ਾਅੱਲਾ ਤਾਲਾ ਫਿਰ ਜੋ ਅੱਲਾ ਨੂੰ ਮਨਜ਼ੂਰ ਭਜਨ। ਗੱਲ ਇਹ ਆ ਕਿ ਅਗਰ ਜਿੰਨੇ ਦੀ ਵੀ ਹੋਈ ਫਿਰ ਮੈਂ ਜਾਣਾ ਤਾਂ ਹੈ ਹੀ ਆ ਪਾਕਿਸਤਾਨ। ਤੇ ਉਹਨਾਂ ਨੇ ਕਿਹਾ ਕਿ ਏਜੰਟ ਜਿਹੜੇ ਨੇ, ਏਜੰਟ ਉਹਨਾਂ ਨੇ ਮੁਖਤਲਿਫ ਉਹਨਾਂ ਕੋਲ ਏਅਰਪਲੇਨ ਹੁੰਦੀਆਂ ਨੇ, ਉਹਦੇ ਵਿੱਚ ਕਿਸੇ ਨਾ ਕਿਸੇ ਪਾਸੇ ਤੁਹਾਡਾ ਜੁਗਾੜ ਲਾ ਸਕਦੇ। ਬਿਹਤਰ ਹੈ ਕਿ ਤੁਸੀਂ ਏਜੰਟ ਨੂੰ ਵਿੱਚ ਰੱਖੋ, ਅਤੇ ਏਜੰਟ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਸੀਟ ਜ਼ਰੂਰ ਕਰ ਦੇਗਾ। ਮੈਂ ਹੁਣ ਜਾ ਰਿਹਾ ਵਾਪਸ, ਅਤੇ ਸਭ ਤੋਂ ਪਹਿਲੇ ਤਾਂ ਮੈਂ ਪੁਰਾਣੀ ਟਿਕਟ ਵਾਲੇ ਦੇ ਘਰ ਜਾਵਾਂਗਾ, ਪੁਰਾਣੀ ਤੋਂ ਬਾਅਦ ਫਿਰ ਮੈਂ ਅਗਲੇ ਦੀ ਤਲਾਸ਼ ਕਰਾਂਗਾ, ਅਤੇ ਜੇ ਮੈਂ ਪਾਕਿਸਤਾਨ ਚਲਾ ਗਿਆ ਤਾਂ ਭਾਈ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਲਓ ਜੀ ਅੱਜ ਲਓ ਜੀ ਫਲੈਟ ਹੋ ਗਈ ਮਿਸ। ਹੁਣ ਮੈਂ ਲਿਹਾਜ਼ਾ ਜਾ ਰਿਹਾ 16 ਤਰੀਕ ਦੀ ਸ਼ਾਮ ਨੂੰ, ਸੁਬਹਾ ਦੀ ਫਲੈਟ ਜਿਹੜੀ ਮੇਰੀ ਹੋ ਗਈ ਮਿਸ, ਸ਼ਾਮ ਨੂੰ ਜਾ ਰਿਹਾ ਹੁਣ ਨਵੀਂ ਜਗ੍ਹਾ ਤੋਂ ਫਲੈਟ ਕਰਾਈ ਆ। ਅਤੇ ਅੱਜ ਮਾਸ਼ਾਅੱਲਾ ਈਦ ਵੀ ਜਿਹੜੀ ਆ ਕਿ ਮੈਂ ਇੱਥੇ ਪੜ੍ਹਾਂਗਾ, ਪਾਕਿਸਤਾਨ ਵੀ ਪੜ੍ਹਾਂਗਾ। ਇਹ ਮਸਜਿਦ ਦੇ ਵਿੱਚ ਮੈਂ ਜਿਹੜੀ ਆ ਕਿ ਈਦ ਅਦਾ ਕਰਨ ਵਾਸਤੇ ਜਾ ਰਹੀ ਹਾਂ, ਅਤੇ ਨਾਲ ਮੇਰੇ ਦੋਸਤ ਨੇ। ਲਓ ਜੀ ਈਦੀ ਨਮਾਜ਼ ਮੈਂ ਅਦਾ ਕਰ ਲਈ ਹੈ, ਮਾਸ਼ਾਅੱਲਾ ਪਾਕਿਸਤਾਨੀ ਦੋਸਤ ਸਾਨੂੰ ਮਿਲ ਗਏ ਨੇ। ਇਰਦ ਗਿਰਦ ਜਦੋਂ ਵੇਖਿਆ ਤਾਂ ਪਾਕਿਸਤਾਨੀ ਜਿੱਥੇ ਵੀ ਤੁਸੀਂ ਜਾਓਗੇ ਨਾ ਤੁਹਾਨੂੰ ਜ਼ਰੂਰ ਮਿਲ ਜਾਣਗੇ, ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਮਸਜਿਦ ਦੇ ਵਿੱਚ ਵੀ ਮਿਲ ਗਏ ਨੇ। ਇਹ ਪਾਕਿਸਤਾਨ ਤੋਂ ਨੇ ਸਾਡੇ ਅਤੇ ਮਸਜਿਦ ਕਿੰਨੀ ਸ਼ਾਨਦਾਰ ਕਿੰਨੀ ਖੂਬਸੂਰਤ। ਪੜ੍ਹ ਕੇ ਬਾਹਰ ਮਾਸ਼ਾਅੱਲਾ ਲਓ ਜੀ ਅੱਜ ਦੀ ਈਦ ਮੈਂ ਪੜ੍ਹੀ ਹੈ ਦੁਬਈ ਦੇ ਵਿੱਚ ਸ਼ਾਰਜਾ 'ਚ, ਅਤੇ ਫਲਾਈਟ ਜਿਹੜੀ ਮੇਰੀ ਮਿਸ ਹੋਈ ਸੀ। ਇਹ ਜਿਹੜਾ ਮੇਰਾ ਦੋਸਤ ਸੀ ਮੈਂ ਹੁਣ ਇਹਦੀ ਫਲਾਈਟ ਦੇ ਵਿੱਚ ਆ ਗਿਆ। ਫਲਾਈਟ 'ਚ ਆਣ ਕੇ ਨੇ ਜਿਹੜੇ ਬੰਦੇ ਨੇ ਸਾਡੀ ਸੀਟ ਕਰਵਾਈ ਸੀ ਸ਼ੇਖੂਪੁਰੇ ਦਾ ਬੰਦਾ ਸੀ, ਅਤੇ ਉਹਦੇ ਕੋਲੋਂ ਅਸੀਂ ਮੰਗਵਾਏ ਨੇ ਫੌਰੀ ਪੈਸੇ ਵਾਪਸ ਮੰਗਵਾ ਕੇ, ਅਤੇ ਫਿਰ ਫਹੀਮ ਸਾਹਿਬ ਜਿਹੜੇ ਸਾਡੇ ਪ੍ਰੋਡਿਊਸਰ ਨੇ
ਉਹਨਾਂ ਨੂੰ ਮੈਂ ਫੋਨ ਕੀਤਾ ਜੀ, ਮੈਂ ਕਿਹਾ ਜੀ ਇਹ ਮੇਰਾ ਮਸਲਾ ਬਣ ਗਿਆ। ਉਹਨਾਂ ਨੇ ਫਿਰ ਮਸਲਾ ਬਣਿਆ, ਪਾਕਿਸਤਾਨ ਉਹਨੇ ਫੋਨ ਕੀਤਾ, ਪਾਕਿਸਤਾਨ ਫੋਨ ਕਰਕੇ ਤੇ ਉਹਨਾਂ ਦੇ ਕੋਈ ਜਿਹੜੇ ਸੀ ਦੋਸਤ, ਉਹਨਾਂ ਨੇ ਫਿਰ ਮੇਰੀ ਫੌਰੀ ਜਿਹੜੀ ਆ ਫਲਾਈਟ ਕਰਵਾਈ ਤੇ ਹੁਣ ਮੇਰੀ ਸ਼ਾਮ 16 ਤਰੀਕ ਨੂੰ 6:30 ਵਜੇ ਇਨਸ਼ਾਅੱਲਾ ਤਾਲਾ ਮੈਂ ਇੱਥੋਂ ਏਅਰਪੋਰਟ ਜਾਵਾਂਗਾ ਤੇ 10:30 ਵਜੇ ਇਨਸ਼ਾਅੱਲਾ ਤਾਲਾ ਮੈਂ ਪਾਕਿਸਤਾਨ ਲੈਂਡ ਕਰ ਜਾਵਾਂਗਾ ਤੇ ਹੁਣ ਇਨਸ਼ਾਅੱਲਾ ਮੁਲਾਕਾਤ ਹੋਏਗੀ ਆਪਣੀ ਪਾਕਿਸਤਾਨ। ਅਤੇ ਕੱਲ੍ਹ ਦਾ ਵਲੌਗ ਜਿਹੜਾ ਮੈਂ ਬਣਾਵਾਂਗਾ ਉਹ ਕਿ ਮੈਂ ਮੇਰੇ ਨਾਲ ਕੀ ਕੀ ਹੁੰਦਾ ਵਾ, ਹੈਂ ਕੱਲ੍ਹ ਵੀ ਫਿਰ ਮੇਰੇ ਨਾਲ ਰਹਿਣਾ ਤੁਸੀਂ। ਸ਼ੁਕਰੀਆ, ਥੈਂਕ ਯੂ।